ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਲੱਕੀ ਕੁਰਾਲੀ, ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਟੀਮ ਪੰਜਾਬੀ ਤੇ ਮੈਂ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਿਹਾ ਬਹੁਤ ਜ਼ਬਰਦਸਤ ਤਨੰਤਰ ਰੇਡਰ ਦੇ ਨਾਲ। ਸੋ ਬਾਗੀ ਪਰਮਜੀਤਪੁਰੀਆ ਇਸ ਟਾਈਮ ਟੌਪ ਦੇ ਰੇਡਰ ਨੇ ਔਰ ਕੈਨੇਡਾ ਕੱਪ ਤੇ ਬੈਸਟ ਹੋਣ ਦਾ ਵੀ ਮਾਣ ਹਾਸਲ ਹੋਇਆ ਉਹਨਾਂ ਨੂੰ ਤੇ ਵੇਰ ਪਾਉਂਦੇ ਨੇ ਕਬੱਡੀਆਂ। ਸਰੀਰ ਬੜਾ ਉਹਨਾਂ ਦਾ ਖੁੱਲ੍ਹਾ ਆ, ਬੜੇ ਹਾਈਟ ਦੇ ਮਾਲਕ ਨੇ, ਬਹੁਤ ਜ਼ਬਰਦਸਤ ਕਬੱਡੀਆਂ ਪਾਉਂਦੇ ਨੇ। ਆਓ ਕਰਦੇ ਹਾਂ ਸਵਾਗਤ। ਬਾਗੀ ਜੀ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਟੀਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਲਵਾਨ ਜੀ, 2020 ਸੀਜ਼ਨ ਚੱਲ ਰਿਹਾ, ਅੱਜ ਤੁਸੀਂ ਕਪੂਰਥਲੇ ਕਬੱਡੀ ਕੱਪ 'ਤੇ ਪਹੁੰਚੇ ਹੋ, ਕਿਵੇਂ ਪਹੁੰਚੋ, ਖੇਡ ਰਹੇ ਹੋ ਜਾਂ ਵੈਸੇ ਦਰਸ਼ਕ ਬਣ ਕੇ? ਨਹੀਂ ਭਾਅ ਜੀ, ਉੱਦਾਂ ਆਇਆ, ਮੈਂ ਮਸਲ ਜਿਹਾ ਮੇਰਾ ਖਿੱਚ ਹੋਇਆ ਭਾਅ ਜੀ ਪੱਟ ਦਾ, ਅਤੇ ਉਹਦੇ ਕਰਕੇ ਹਾਂਜੀ ਵੈਸੇ ਉੱਦਾਂ ਆਇਆ। ਅੱਛਾ, ਸੀਜ਼ਨ ਐਤ ਕੀ ਖੇਡ ਨਹੀਂ ਰਿਹਾ, ਸੱਟ ਲੱਗੀ ਹੋਈ ਆ? ਹਾਂਜੀ ਭਾਅ ਜੀ, ਸੱਟ ਲੱਗੀ। ਕਿਵੇਂ ਲੱਗੀ ਸੱਟ? ਮੇਰੇ ਭਾਅ ਜੀ 2 ਦਸੰਬਰ 'ਚ ਲੱਗੀ ਸੀ ਸੱਟ ਭਾਅ ਜੀ, ਮਸਲ ਪੱਟ ਦਾ ਪਿੱਛੋਂ ਖਿੱਚ ਹੋ ਗਿਆ ਸੀਗਾ ਹੈਮਸਟ੍ਰਿੰਗ, ਅਤੇ ਹਾਂਜੀ ਉਹਦਾ ਕਰਕੇ ਹਜੇ ਥੋੜ੍ਹੇ ਦਿਨ ਰੈਸਟ ਕਰੂੰਗਾ ਹੋਰ ਭਾਅ ਜੀ, ਪ੍ਰੈਕਟਿਸ ਕਰਦਾ ਹੁੰਦਾ। ਅੱਛਾ ਬਾਕੀ, ਤੁਸੀਂ ਡੋਪ ਟੈਸਟ ਆਪਣਾ ਕਰਵਾ ਲਿਆ ਤੁਸੀਂ ਆਲਰੇਡੀ? ਹਾਂਜੀ ਭਾਅ ਜੀ, ਕਰਾ ਲਿਆ ਡੋਪ ਟੈਸਟ। ਕਿਹੜੀ ਲੈਬ ਤੋਂ ਕਰਵਾਇਆ? ਕਵੈਸਟ ਲੈਬ ਤੋਂ ਕਰਾਇਆ ਭਾਅ ਜੀ, ਚੰਡੀਗੜ੍ਹ। ਹਾਂਜੀ। ਅੱਛਾ, ਤੁਸੀਂ ਕਿਹੜੀ ਫੈਡਰੇਸ਼ਨ ਦੇ ਵਿੱਚ ਖੇਡ ਰਹੇ ਹੋ ਇਸ 2020 ਦੇ ਵਿੱਚ? ਕਿਸੇ ਫੈਡਰੇਸ਼ਨ 'ਚ ਮੈਚ ਵੀ ਖੇਡਿਆ ਕੋਈ? ਹਾਂਜੀ ਭਾਅ ਜੀ, ਮੈਂ ਮੇਜਰ ਲੀਗ 'ਚ ਖੇਡਿਆ ਭਾਅ ਜੀ, ਇੱਕ ਜਾਂ 2 ਟੂਰਨਾਮੈਂਟ ਖੇਡੇ ਸੀਗੇ, ਉਦੋਂ ਮੇਰੀ ਇੰਜਰੀ ਹੋਈ ਭਾਅ ਜੀ ਉੱਧਰ, ਫਿਰ ਉਸ ਤੋਂ ਬਾਅਦ ਹਜੇ ਖੇਡਿਆ ਨਹੀਂ ਕੋਈ ਮੈਚ ਭਾਅ ਜੀ। ਅੱਛਾ ਬਾਗੀ ਜੀ, ਤੁਸੀਂ ਬਹੁਤ ਵਧੀਆ ਥੋੜ੍ਹੇ ਟਾਈਮ ਦੇ ਵਿੱਚ ਮੈਂ ਕਹਿ ਸਕਦਾ ਇੰਟਰਨੈਸ਼ਨਲ ਲੈਵਲ 'ਤੇ ਬੜਬੜੀਆਂ ਮੱਲਾਂ ਮਾਰੀਆਂ। ਜਦੋਂ ਪਹਿਲੇ ਸਾਲ ਤੁਸੀਂ ਬੈਸਟ ਬਣੇ ਹੋ, ਕਿਹੜੇ ਸਾਲ ਪਹਿਲੇ ਸਾਲ ਤੁਸੀਂ ਗਏ ਸੀ ਕੈਨੇਡਾ ਖੇਡਣ ਲਈ? ਮੈਂ ਭਾਅ ਜੀ 2016 'ਚ ਗਿਆ ਸੀ, ਹਾਂਜੀ ਕੈਨੇਡਾ ਭਾਅ ਜੀ, ਉਦੋਂ ਬੈਸਟ ਨਿਕਲਿਆ ਭਾਅ ਜੀ ਕੈਨੇਡਾ ਕੱਪ ਦਾ ਭਾਅ ਜੀ। ਕਿਹਨਾਂ ਨੇ ਤੁਹਾਨੂੰ ਉਦੋਂ ਸੱਦਿਆ ਸੀ ਕੈਨੇਡਾ? ਉਦੋਂ ਭਾਅ ਜੀ ਮੈਂ ਡੈਕਸੀ ਖੇਡਿਆ ਸੀ ਟੋਰਾਂਟੋ ਭਾਅ ਜੀ, ਅਤੇ ਹਾਂਜੀ ਉਹਨਾਂ ਨੇ ਪੇਪਰ ਪਾਏ ਸੀ ਉੱਧਰੋਂ। ਹਾਂਜੀ, ਸੋ ਡੈਕਸੀ ਜਿਹੜੀ ਕਬੱਡੀ ਕਲੱਬ ਹੈ ਉਹਨਾਂ ਨੇ ਤੁਹਾਨੂੰ ਸੱਦਿਆ, ਕਾਫੀ ਪਲੇਅਰਾਂ ਨੂੰ ਉਹਨਾਂ ਨੇ ਸਪੋਂਸਰ ਕੀਤਾ, ਬੜੀ ਵਧੀਆ ਕਲੱਬ ਹੈ, ਲੰਮੇ ਸਮੇਂ ਤੋਂ ਕਲੱਬ ਉਹ ਬਣਾ ਰਹੇ ਨੇ। ਅੱਛਾ ਬਾਕੀ ਜੀ, ਕਿਵੇਂ ਲੱਗ ਰਿਹਾ ਉੱਧਰ ਤੁਹਾਨੂੰ MLK ਕਬੱਡੀ ਫੈਡਰੇਸ਼ਨ ਦੇ ਵਿੱਚ ਖੇਡ ਕੇ? ਕਿਹੋ ਜਿਹਾ ਉਹਨਾਂ ਦੇ ਰੂਲ ਰੈਗੂਲੇਸ਼ਨ ਹੈ, ਵਧੀਆ ਕਰ ਰਹੇ ਨੇ ਉਹ, ਵਧੀਆ ਫੈਡਰੇਸ਼ਨ ਆ? ਹਾਂਜੀ ਭਾਅ ਜੀ, ਵਧੀਆ ਆ, ਰੂਲ ਤਾਂ ਵਧੀਆ ਆ ਭਾਅ ਜੀ, ਟੈਸਟ ਟੂਸਟ ਹੁੰਦੇ ਆ, ਸਾਰਾ ਕੁਝ ਵਧੀਆ ਆ ਭਾਅ ਜੀ। ਹਾਂਜੀ, ਹੈਪੀ ਹੋ ਤੁਸੀਂ? ਹਾਂਜੀ ਠੀਕ ਆ ਭਾਅ ਜੀ, ਵਧੀਆ। ਅੱਛਾ, ਸੀਜ਼ਨ ਤੁਸੀਂ ਖੇਡ ਰਹੇ ਆ, ਆਲਮੋਸਟ ਸੀਜ਼ਨ ਐਂਡ ਆ, ਅਤੇ ਬਾਹਰ ਕਿਸੇ ਨਾ ਕਿਸੇ ਪ੍ਰਮੋਟਰ ਨਾਲ ਖੇਡਣ ਦਾ ਐਤਕੀ ਕੋਈ ਗੱਲਬਾਤ ਅਜੇ ਹੋਈ ਆ ਜਾਂ ਨਹੀਂ? ਹਜੇ ਤਾਂ ਭਾਅ ਜੀ ਠੀਕ ਆ, ਦੇਖਦੇ ਹਾਂ ਹੁਣ ਕਿੱਧਰੋਂ ਹੁੰਦਾ ਆ। ਹਾਂਜੀ ਭਾਅ ਜੀ, ਬਾਕੀ ਟੈਸਟ ਟੂਸਟ ਹੁੰਦੇ ਆ, ਹੁਣ ਟੈਸਟ ਦੀ ਰਿਪੋਰਟ ਆਊਗੀ, ਉਦੋਂ ਬਾਅਦ ਭਾਅ ਜੀ ਕਲੀਅਰ ਹੋ ਕੇ ਫਿਰ ਦੇਖਦੇ ਹਾਂ। ਹਾਂਜੀ। ਅੱਛਾ ਪਲਵਾਨ ਜੀ, ਜਿਹੜੇ ਡੋਪ ਟੈਸਟ ਹੋ ਰਿਹਾ, ਪਲੇਅਰ ਨੂੰ ਹੈਵ ਟੂ ਦੇ ਕੇ ਖੇਡਣਾ ਪੈਣਾ, ਅਤੇ ਪਲੱਸ ਰੈਂਡਮਲੀ ਜਿਹੜੇ ਟੈਸਟ ਹੋ ਰਿਹਾ, ਇਹਨਾਂ ਤੋਂ ਖੁਸ਼ ਹੋ ਤੁਸੀਂ, ਹੋਣੇ ਚਾਹੀਦੇ ਆ? ਹਾਂਜੀ ਭਾਅ ਜੀ, ਇਹ ਤਾਂ ਹੋਣੇ ਚਾਹੀਦੇ ਆ, ਇਹ ਤਾਂ ਜ਼ਰੂਰੀ ਆ ਭਾਅ ਜੀ, ਤੁਹਾਨੂੰ ਵੀ ਪਤਾ ਹੈ ਨਾ, ਸਾਰਿਆਂ ਨੂੰ ਪਤਾ, ਅਤੇ ਇਹ ਤਾਂ ਜ਼ਰੂਰੀ ਆ ਭਾਅ ਜੀ ਕਬੱਡੀ ਦੇ ਵਿੱਚ। ਹਾਂਜੀ, ਜੋ ਕੁਝ ਹੋ ਰਿਹਾ ਵਾ ਅੱਜ ਕੱਲ੍ਹ ਹੈ ਨਾ, ਅਤੇ ਇਹ ਤਾਂ ਜ਼ਰੂਰੀ ਆ ਭਾਅ ਜੀ। ਅੱਛਾ, ਤੁਹਾਨੂੰ ਵੀ ਪਤਾ ਕਿ ਜੈਰੋ ਨੂੰ ਖੇਡਣ ਨਹੀਂ ਦਿੱਤਾ ਗਿਆ ਪਿੱਛੇ ਜਿਹਾ, ਇੱਕ ਟੂਰਨਾਮੈਂਟ 'ਤੇ ਨਿਹਾਲ ਸਿੰਘ ਵਾਲਾ, ਉਹਨਾਂ ਨੇ ਟੈਸਟ ਨਹੀਂ ਸੀ ਦਿੱਤਾ, ਅਤੇ ਬੜੇ ਲੋਕਾਂ ਦੇ ਕਮੈਂਟ ਆ ਰਹੇ ਉਹਨੂੰ ਖੇਡ ਦੇਣ ਲੈਣਾ ਉੱਥੇ ਦੇਣਾ ਚਾਹੀਦਾ ਸੀ, ਖਿਡਾਉਣਾ ਚਾਹੀਦਾ ਸੀ, ਜ਼ਰੂਰੀ ਸੀ ਟੈਸਟ ਤੋਂ ਬਗੈਰ, ਜੇ ਉਹ ਖੇਡ ਜਾਂਦਾ ਤਾਂ ਤੁਹਾਨੂੰ ਕਿਹੋ ਜਿਹਾ ਲੱਗਣਾ ਸੀ? ਤੁਸੀਂ ਟੈਸਟ ਕਰਾਏ ਆ, ਬਾਕੀ ਪਲੇਅਰਾਂ ਨੇ ਵੀ ਕਰਾਏ ਆ, ਇੱਕ ਪਲੇਅਰ ਨੂੰ ਟੈਸਟ ਤੋਂ ਬਗੈਰ ਖੇਡ ਲੈਣਾ ਦੇਣਾ ਚਾਹੀਦਾ ਸੀ ਜਾਂ ਨਹੀਂ? ਨਹੀਂ ਭਾਅ ਜੀ, ਇੱਦਾਂ ਹੁਣ ਟੈਸਟ ਤਾਂ ਫਿਰ ਰੂਲ ਤਾਂ ਭਾਅ ਜੀ ਇੱਕ ਹੀ ਆ ਸਾਰਿਆਂ ਲਈ, ਟੈਸਟ ਕਰਾ ਕੇ ਅਤੇ ਆਪਣਾ ਪਹਿਲਾਂ ਹੀ ਜਿੱਦਾਂ ਗੱਲ ਹੋਣੀ ਚਾਹੀਦੀ ਸੀਗੀ ਵੀ ਮੇਰਾ ਟੈਸਟ 9 ਤਰੀਕ ਨੂੰ ਹੋਊਗਾ, ਜਾਂ ਫੈਡਰੇਸ਼ਨ ਨਾਲ ਗੱਲ ਹੁੰਦੀ ਵੀ 9 ਤਰੀਕ ਨੂੰ ਆ ਕੇ ਟੈਸਟ ਕਰਾਊਗਾ, ਅਤੇ ਫਿਰ ਉਦਣ ਹੀ ਟੈਸਟ ਕਰਾ ਕੇ ਅਗਲੇ ਦਿਨ ਹੀ ਭਾਵੇਂ ਟੂਰਨਾਮੈਂਟ ਖੇਡੇ। ਅਤੇ ਹਾਂਜੀ, ਟੈਸਟ ਤਾਂ ਫਿਰ ਰੂਲ ਤਾਂ ਇੱਕੋ ਹੀ ਆ ਭਾਅ ਜੀ, ਸਾਰੇ ਪਲੇਅਰ ਟੈਸਟ ਕਰਾ ਕੇ ਖੇਡਦੇ ਆ, ਅਤੇ ਫਿਰ ਕਰਾਉਣਾ ਚਾਹੀਦਾ ਭਾਅ ਜੀ ਉਹਨਾਂ ਨੂੰ। ਅੱਛਾ ਬਾਕੀ, ਕਿਵੇਂ ਕੀਤੀ ਤੁਸੀਂ ਕਬੱਡੀ ਸ਼ੁਰੂ, ਰੈਸਲਿੰਗ ਕਰਦੇ ਸੀ ਜਾਂ ਕੋਈ ਹੋਰ ਗੇਮ, ਜਾਂ ਕਬੱਡੀ 'ਚ ਸ਼ੁਰੂਆਤ ਕੀਤੀ ਤੁਸੀਂ ਆਪਣੇ ਜਿਹੜੇ ਕੈਰੀਅਰ ਦੀ? ਨਹੀਂ ਭਾਅ ਜੀ, ਰੈਸਲਿੰਗ ਤਾਂ ਨਹੀਂ, ਸਾਡੇ ਲਾਗੇ ਪਿੰਡਾਂ ਦੇ ਜਿੱਦਾਂ ਹੁੰਦੇ ਹੁੰਦੇ ਸੀ ਟੂਰਨਾਮੈਂਟ ਮੇਲੇ ਜਿੱਦਾਂ, ਅਤੇ ਉੱਥੇ ਜਾਂਦੇ ਹੁੰਦੇ ਸੀ ਪਹਿਲਾਂ ਦੇਖਣ ਭਾਅ ਜੀ, ਉੱਥੇ ਮੈਚ ਹੁੰਦੇ ਹੁੰਦੇ 6 ਮੈਚ ਜਾਂ 4 ਟੀਮਾਂ, ਅਤੇ ਉੱਥੋਂ ਹੀ ਹੌਲੀ ਹੌਲੀ ਦੇਖ ਕੇ ਭਾਅ ਜੀ ਸ਼ੌਂਕ ਪਿਆ, ਇੱਦਾਂ ਹੀ ਸ਼ੁਰੂ ਕੀਤੀ। ਬਾਕੀ ਤੁਹਾਡੀ ਹਾਈਟ, ਤੁਹਾਡੀ ਜਿਹੜੀ ਦੇਖਿਆ, ਐਡੇ ਪਲੇਅਰ ਹੈ ਨਹੀਂ ਗੇ ਕਬੱਡੀ 'ਚ, ਹੁਣ ਉਂਗਲਾਂ 'ਤੇ ਮੈਂ 4-5 ਕੁ ਪਲੇਅਰ ਗਿਣ ਸਕਦਾ ਜਿਹੜੇ ਤੁਹਾਡੇ ਵਾਂਗੂ ਜੈਂਟ ਪਲੇਅਰ ਨੇ ਕਬੱਡੀ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਤੁਹਾਡੇ ਜਿਹੜੇ ਪਲੇਅਰ ਨਹੀਂ ਹੈਗੇ, ਘੱਟ ਹਲਕੇ ਸਕਿਨੀ ਪਲੇਅਰ ਹੈ ਜ਼ਿਆਦਾ? ਉਹ ਠੀਕ ਆ ਭਾਅ ਜੀ, ਹੁਣ ਤੁਹਾਨੂੰ ਪਤਾ ਹੀ ਆ, ਮਿਹਨਤ ਮੂਹਨਤ ਵੀ ਚੱਕਰ ਆ ਭਾਅ ਜੀ, ਹੁਣ ਇੱਕ ਮੈਚ ਵੀ ਲਗਾਤਾਰ ਚੱਲਦੇ ਆ, ਫਿਰ ਮਿਹਨਤ ਵੀ ਘੱਟ ਹੁੰਦੀ ਆ ਭਾਅ ਜੀ, ਮਿਹਨਤ ਨਹੀਂ ਆ ਤੁਹਾਨੂੰ ਪਤਾ ਸਾਰਾ ਕੁਝ ਭਾਅ ਜੀ, ਮਿਹਨਤ ਫਿਰ ਹੋਊਗੀ ਜ਼ਿਆਦਾ, ਫਿਰ ਹੀ ਬੋਡੀ ਆਪਣੀ ਸਟਰੋਂਗ ਹੁੰਦੀ ਆ ਭਾਅ ਜੀ, ਜਾਂ ਮਸਲ ਵੱਡਾ ਹੁੰਦਾ ਹੈ, ਮਿਹਨਤ ਨਾ ਭਾਅ ਜੀ, ਖੁਰਾਕ ਵਧੀਆ ਹੋਵੇ ਭਾਅ ਜੀ, ਕੁਛ ਨਾ ਕੁਛ ਨੈਚੁਰਲੀ ਵੀ ਹੋ ਜਾਂਦਾ, ਜੈਨੈਟਿਕ ਵੀ ਰਹਿੰਦਾ, ਤੁਹਾਡੇ ਫਾਦਰ ਸਾਹਿਬ ਵੀ ਇੱਦਾਂ ਜੈਂਟ ਆ? ਹਾਂਜੀ ਠੀਕ ਆ ਜੀ, ਡੈਡੀ ਜੀ ਹੁਣੀ, ਹਾਂਜੀ ਉਹਨਾਂ ਦੀ ਹਾਈਟ ਵੀ ਇੱਦਾਂ ਹੀ ਹੋਈ। ਅੱਛਾ ਬਾਕੀ, ਤੁਸੀਂ ਪਿੰਡ ਲੈਵਲ ਤੋਂ ਸ਼ੁਰੂ ਕੀਤੀ ਕਬੱਡੀ, ਅਕੈਡਮੀ 'ਚ ਸ਼ੁਰੂਆਤ ਹੋ ਗਈ ਸੀ ਸਟਾਰਟਿੰਗ? ਨਹੀਂ ਭਾਅ ਜੀ, ਸਾਡੇ ਮੇਲੇ ਤੁਹਾਨੂੰ ਦੱਸਿਆ ਵੀ ਜਿੱਦਾਂ ਉੱਧਰ
हाँ जी उत्थे ही सानू उही हुंदा सीगा वी उही खेडदे पहला ते उहदी उदां ही मेहनत करनी पहला गर्मियां जिदा मार्च तो बाद मेहनत करनी जांदी सारियां गर्मियां वह मेले आ जाने जिदा 15 दिनां बाद एक मेला आना 15-20 दिनां बाद फिर मेला आना फिर उही मेले भाजी मेले की तैयारी करनी जिदा विआह मेले दे टीमां सद्दनियां साडियां हाँ जी लागे लागे पिंड वल्लों हाँ जी भाई पिंड परमजीतपुर वल्लों ते वह मुंडे हुंदे सी 7-8 जणे इकट्ठे भाजी 10 जणे ते उही मेहनत बस ਜਿੱਦਾਂ ਆਹ ਮੇਲਾ ਆ ਅੱਜ ਤੇ ਕਹਿਣਾ 15 ਦਿਨਾਂ ਬਾਅਦ ਮੇਲਾ ਆ ਪਤਾ ਲੱਗਣਾ ਉਹਨਾਂ ਨੇ ਕਹਿਣਾ ਵੀ ਤੁਹਾਡੀ ਟੀਮ ਸੱਦਣੀ ਆ ਵਿਆਹ ਲਾਗੇ ਲੱਗ ਜਾਂ 3-4 ਟੀਮਾਂ ਸੱਦਣੀਆਂ ਆ ਪਿੰਡ ਦੀਆਂ ਹੁੰਦੀਆਂ ਸੀ ਭਾਅ ਜੀ ਫਿਰ ਉਹੀ ਮੇਲੇ ਜਿੱਦਾਂ ਤਿਆਰੀ ਕਰਦੇ ਰਹੇ ਹੌਲੀ ਹੌਲੀ ਫਿਰ ਇੱਦਾਂ ਹੀ ਕੱਪ ਖੇਡਣ ਲੱਗ ਪਏ ਭਾਅ ਜੀ ਅਤੇ ਜਿਹੜਾ ਤੁਹਾਡਾ ਸਿਲਸਿਲਾ ਇੰਟਰਨੈਸ਼ਨਲ ਲੈਵਲ 'ਤੇ ਚੱਲਿਆ ਕਿਵੇਂ ਪਤਾ ਲੱਗਾ ਕਿ ਬਾਗੀ ਪਰਮਜੀਤ ਵਿੱਚ ਅਖੌੜ ਖੇਡ ਰਿਹਾ ਕਿਉਂਕਿ ਮੇਲਿਆਂ 'ਚ ਤਾਂ ਘੱਟ ਆਉਂਦੇ ਨੇ ਲੋਕ ਲਾਈਵ ਵੀ ਨਹੀਂ ਹੁੰਦਾ ਫਿਰ ਤੁਸੀਂ ਅਕੈਡਮੀਆਂ 'ਚ ਕਿਵੇਂ ਖੇਡਣਾ ਸ਼ੁਰੂ ਕੀਤਾ ਅਕੈਡਮੀਆਂ 'ਚ ਭਾਅ ਜੀ ਮੈਂ ਦੂਜੇ ਵੀ ਕਾਲਾ ਭਾਅ ਜੀ ਤੁਹਾਨੂੰ ਪਤਾ ਹੀ ਸਾਡੇ ਪਿੰਡ ਵਾਲਾ ਪਰਮਜੀਤਪੁਰ ਆ ਜਾਫੀ ਅਤੇ ਉਹ ਭਾਈ ਹੁਣੀ ਪਹਿਲਾਂ ਮਿਹਨਤ ਕਰਦੇ ਹੁੰਦੇ ਸੀ ਸਾਡੇ ਤੋਂ ਸੀਨੀਅਰ ਸੀਗੇ ਉਹ ਹੈ ਨਾ ਅਤੇ ਉਦੋਂ ਉਹ ਭਾਅ ਜੀ ਮੈਨੂੰ ਲੈ ਕੇ ਆਇਆ ਸੀ ਪਹਿਲਾਂ ਡੀ ਏ ਵੀ 'ਚ ਮੈਂ ਮੈਚ ਖੇਡਿਆ ਸੀ ਭਾਅ ਜੀ ਪਹਿਲਾਂ ਕੱਪ ਸਾਡੇ ਪਿੰਡ ਹੀ ਸੀਗਾ ਕੱਪ ਉਹ ਅਤੇ ਇੱਕ ਕੱਪ ਮੈਂ ਸ਼ਾਇਦ ਖੇਡਿਆ ਸੀਗਾ ਸੈਦੋਵਾਲ ਖੇਡਿਆ ਸੀ ਭਾਅ ਜੀ ਪਹਿਲਾਂ ਉੱਥੇ ਮੈਂ ਗਿਆ ਸੀਗਾ ਅਤੇ ਮੈਂ 2-3 ਕਬੱਡੀਆਂ ਪਾਈਆਂ ਸੀ ਭਾਅ ਜੀ ਅਤੇ ਉਦੋਂ ਬਾਅਦ ਸਾਡੇ ਪਿੰਡ ਸੀਗਾ ਕੱਪ ਭਾਅ ਜੀ 2013 'ਚ ਮੇਰੇ ਹਿਸਾਬ ਨਾਲ ਜਾਂ ਸੀਗਾ ਹਾਂਜੀ ਹਾਂਜੀ ਉਦੋਂ ਮੈਂ ਖੇਡਿਆ ਸੀ ਭਾਅ ਜੀ ਪਹਿਲਾਂ ਕੱਪ ਡੀ ਏ ਵੀ ਜਲੰਧਰ ਹਾਂਜੀ ਅੱਛਾ ਕੈਨੇਡਾ ਖੇਡਦੇ ਰਹਿੰਦੇ ਹੋ ਤੁਸੀਂ ਮੈਂ ਦੇਖਦਾ ਵੀ ਰਹਿੰਦਾ ਕੈਨੇਡਾ ਹੋਰ ਵੀ ਕਿਸੇ ਕੰਟਰੀਆਂ ਦੇ ਵਿੱਚ ਤੁਸੀਂ ਖੇਡੇ ਹੋ ਹਾਂਜੀ ਭਾਅ ਜੀ ਹੋਰ ਮੈਂ ਨਿਊਜ਼ੀਲੈਂਡ ਖੇਡਿਆ ਹਾਂ ਅਤੇ ਦੁਬਈ ਗਿਆ ਭਾਅ ਜੀ ਕਦੀ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਨਹੀਂ ਇੰਗਲੈਂਡ ਭਾਅ ਜੀ ਉਦੋਂ ਕੋ ਜਦੋਂ ਕੋ ਮੈਂ ਉੱਠਿਆ ਵਾਂ ਮਤਲਬ ਉਦੋਂ ਕੋ ਫਿਰ ਉਹ ਤੁਹਾਨੂੰ ਪਤਾ ਹੀ ਆ 5-6 ਸਾਲ ਹੋ ਗਏ ਸ਼ਾਇਦ ਵੀ ਉਹ ਬੰਦ ਹੀ ਆ ਹਾਂਜੀ ਵੀ ਥੋੜ੍ਹੇ ਵੀਜ਼ੇ ਲੱਗੇ ਪਿਛਲੇ ਸਾਲ ਹੀ ਹੋ ਗਏ ਥੋੜ੍ਹੇ ਮੈਚ ਉੱਥੇ ਹਾਂਜੀ ਜੇ ਤੁਹਾਨੂੰ ਇਸ ਸਾਲ ਮੌਕਾ ਮਿਲੇ ਇੰਗਲੈਂਡ ਜਾਣ ਦਾ ਜਾਊਂਗੇ ਇੰਗਲੈਂਡ ਖੇਡਣ ਜਾਂ ਕੈਨੇਡਾ ਨੂੰ ਪ੍ਰੈਫਰ ਕਰਦੇ ਹੋ ਇਹ ਤਾਂ ਹੁਣ ਭਾਈ ਟੈਸਟ 'ਤੇ ਹੀ ਆ ਤੁਹਾਨੂੰ ਪਤਾ ਵੀ ਕੀ ਆਉਂਦਾ ਰਿਪੋਰਟ ਪਹਿਲਾਂ ਹਾਂਜੀ ਉਦੋਂ ਬਾਅਦ ਫਿਰ ਦੇਖਦੇ ਹਾਂ ਭਾਅ ਜੀ ਕਿੱਧਰ ਹੁੰਦਾ ਪਰ ਜੇ ਤੁਹਾਨੂੰ ਕੈਨੇਡਾ ਤੋਂ ਕੋਈ ਇੰਗਲੈਂਡ ਤੋਂ ਜੇ ਅਪਰੋਚ ਕਰੀ ਖੇਡਣਾ ਪਸੰਦ ਕਰੋਗੇ ਇੰਗਲੈਂਡ ਹਾਂਜੀ ਭਾਈ ਖੇਡੂੰਗਾ ਹੁਣ ਖੇਡਿਆ ਨਹੀਂ ਉੱਥੇ ਇੰਨਾ ਟਾਈਮ ਹੋ ਗਿਆ ਹੈ ਨਾ ਅਤੇ ਉੱਥੇ ਖੇਡੂੰਗਾ ਤਾਂ ਜ਼ਰੂਰ ਭਾਅ ਜੀ ਇੱਕ ਕੈਨੇਡਾ ਤੋਂ ਤੁਹਾਡਾ ਬਹੁਤ ਨਾਮ ਬਣਿਆ ਜਦੋਂ ਕੈਨੇਡਾ ਤੁਸੀਂ ਬੈਸਟ ਨਿਕਲੇ ਹੋ ਕੱਪ 'ਤੇ ਕੈਨੇਡਾ 'ਚ ਚੰਗਾ ਲੱਗਦਾ ਖੇਡਣਾ ਤੁਹਾਨੂੰ ਹੈਵੀ ਲੱਗਦੀ ਹੈ ਕਬੱਡੀ ਬਾਕੀ ਕੰਟਰੀਆਂ ਨਾਲੋਂ ਹਾਂਜੀ ਭਾਅ ਜੀ ਕੈਨੇਡਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਭਾਅ ਜੀ ਐਂਡ ਹੀ ਆ ਫਿਰ ਕਬੱਡੀ ਦੇ ਭਾਅ ਜੀ ਕੈਨੇਡਾ ਕਰੀਮ ਹੀ ਆ ਹਾਂਜੀ ਭਾਅ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਨ ਲਈ ਜਿਹੜੇ ਪਲੇਅਰ ਹਜੇ ਵੀ ਹਟ ਨਹੀਂ ਰਹੇ ਕੋਈ ਡਰੱਗਸ ਜਾਂ ਕੋਈ ਨਸ਼ਾ ਲੈ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਉਹਨਾਂ ਨੂੰ ਕੋਈ ਮੈਸੇਜ ਤਾਂ ਭਾਅ ਜੀ ਚਲੋ ਵੀ ਚਲੋ ਮੇਰੀ ਇੰਨੀ ਹੈ ਨਹੀਂ ਏਜ ਜਾਂ ਮੈਂ ਸੀਨੀਅਰ ਨਹੀਂ ਗਾ ਇੰਨਾ ਅਤੇ ਮੈਸੇਜ ਤਾਂ ਭਾਅ ਜੀ ਇਹੀ ਆ ਵੀ ਚਲੋ ਮਿਹਨਤ ਹੀ ਆ ਆਪਣੀ ਮਿਹਨਤ ਕਰਕੇ ਹੀ ਆ ਭਾਅ ਜੀ ਸਾਰਾ ਕੁਛ ਰੈਸਟ ਕਰਕੇ ਥੋੜ੍ਹਾ ਮੈਚ ਖੇਡਣਾ ਚਾਹੀਦਾ ਭਾਅ ਜੀ ਡੇਲੀ ਜਦੋਂ ਖੇਡਦੇ ਹਾਂ ਆਪਾਂ ਫਿਰ ਉਦੋਂ ਵੀ ਇੰਜਰੀ ਕੋਈ ਨਾ ਕੋਈ ਆਉਂਦੀ ਆ ਹਾਂਜੀ ਹਾਂਜੀ ਅਤੇ ਬਸ ਇਹੀ ਆ ਭਾਅ ਜੀ ਮਿਹਨਤ ਹੀ ਆ ਅਤੇ ਖੁਰਾਕ ਵਧੀਆ ਆਪਣੀ ਭਾਅ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ ਉਦੋਂ ਕਿਹੜੇ ਪਲੇਅਰਾਂ ਨੂੰ ਤੁਸੀਂ ਪਸੰਦ ਕਰਦੇ ਸੀ ਤੁਹਾਡੇ ਫੇਵਰੇਟ ਪਲੇਅਰ ਕਿਹੜੇ ਸੀਗੇ ਫੇਵਰੇਟ ਭਾਅ ਜੀ ਮੇਰੇ ਸੰਦੀਪ ਲੱਲੀਆਂ ਦੀ ਵੀਡੀਓ ਹੁੰਦੀ ਸੀ ਮੇਰੇ ਫੋਨ 'ਚ ਪਹਿਲਾਂ ਅਤੇ ਉਹੀ ਭਾਅ ਜੀ ਦੀ ਮੈਂ ਦੇਖਿਆ ਪਹਿਲਾਂ ਰੇਡਾਂ ਜਦੋਂ ਆਪਣੀਆਂ ਉਹ ਕੱਟ ਕੇ ਸ਼ਾਇਦ ਪਾਈਆਂ ਹੋਣੀਆਂ ਹੁਣ ਵੀ ਹੋਣੀਆਂ ਯੂਟਿਊਬ 'ਤੇ 6-7 ਮਿੰਟ ਦੀਆਂ ਰੇਡਾਂ ਹੈਗੀਆਂ ਭਾਅ ਜੀ ਦੀਆਂ ਬਾਬਾ 15-20 ਰੇਡਾਂ ਅਤੇ ਹਾਂਜੀ ਉਹੀ ਮੈਂ ਦੇਖਦਾ ਹੁੰਦਾ ਸੀ ਭਾਅ ਜੀ ਪਹਿਲਾਂ ਤੁਹਾਡੇ ਆਈਡਲ ਨੇ ਸੰਦੀਪ ਲੱਲੀਆਂ ਹਾਂਜੀ ਭਾਅ ਜੀ ਅਤੇ ਸਟੋਪਰਾਂ 'ਚੋਂ ਕਿਹਨੂੰ ਪਸੰਦ ਕਰਦੇ ਸੀ ਸਟੋਪਰ ਭਾਅ ਜੀ ਪਾਲਾ ਭਾਅ ਜੀ ਉਹਦੇ ਲੱਗਦੇ ਵਾਹ ਜੀ ਵਾਹ ਬਹੁਤ ਬਹੁਤ ਤਨੰਤਰ ਜਾਫੀ ਨੇ ਪਾਲਾ ਜਲਾਲਪੁਰੀਆ ਅੱਛਾ ਹੁਣ ਦੇ ਸਮੇਂ ਦੇ ਵਿੱਚ ਵੀ ਪਾਲਾ ਖੇਡ ਰਿਹਾ ਓਬਵੀਅਸਲੀ ਤੁਹਾਡਾ ਫੇਵਰੇਟ ਆ ਰੇਡਰ ਜਿਹੜਾ ਹੁਣ ਦੇ ਸਮੇਂ 'ਚ ਤੁਹਾਨੂੰ ਕਿਹੜਾ ਚੰਗਾ ਲੱਗਦਾ ਰੇਡਰ ਭਾਈ ਦੁੱਲਾ ਭਾਈ ਸੀਗਾ ਭਾਈ ਸਟੈਮਨਾ ਵੀ ਠੀਕ ਆ ਵਧੀਆ ਸਾਰਾ ਤੁਹਾਨੂੰ ਪਸੰਦ ਆ ਉਹਨਾਂ ਦਾ ਟੱਚ ਕਰਨਾ ਭੱਜ ਕੇ ਆ ਜਾਣਾ ਮੋੜੇ ਬਹੁਤ ਵਧੀਆ ਨੇ ਹਾਂਜੀ ਹਾਂਜੀ ਭਾਅ ਜੀ ਬਾ ਉਹੀ ਸਪੀਡ ਆ ਬਸ ਉਹ ਵਧੀਆ ਲੱਗਦਾ ਭਾਅ ਜੀ ਅਤੇ ਇੰਜਰੀ ਡਾਕਟਰ ਨੂੰ ਦਿਖਾਈ ਹੋਈ ਆ ਕਦੋਂ ਤੱਕ ਠੀਕ ਹੋ ਜਾਓਗੇ ਭਾਅ ਜੀ 10 ਕੁ ਦਿਨ ਤਾਂ ਹੀ ਖੇਡੂੰਗਾ ਮੈਂ ਹਾਂਜੀ ਆ ਮੰਥ ਤੋਂ ਬਾਅਦ ਹਾਂਜੀ ਬਾਗੀ ਪਰਮਜੀਤਪੁਰੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਕਿਹੋ ਜਿਹਾ ਤੁਹਾਨੂੰ ਲੱਗਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ 10-15 ਦਿਨਾਂ ਤੱਕ ਗਰਾਊਂਡਾਂ ਦਾ ਸ਼ਿੰਗਾਰ ਬਣਨਗੇ ਬਾਗੀ ਪਰਮਜੀਤਪੁਰੀ ਅੱਛਾ ਲਾਸਟ 'ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਫੈਨਸ ਨੇ ਤੁਹਾਨੂੰ ਚਾਹੁਣ ਵਾਲੇ ਨੇ ਉਹਨਾਂ ਨੂੰ ਕੋਈ ਕੀ ਕਹਿਣਾ ਚਾਹੁੰਦੇ ਹੋ ਫੈਨਸ ਲਈ ਤਾਂ ਇਹੀ ਆ ਭਾਅ ਜੀ ਇਹ ਪਿਆਰ ਦਿੰਦੇ ਰਹਿਣ ਬਸ ਇੰਨਾ ਕਰਕੇ ਆ ਖੇਡਦੇ ਭਾਅ ਜੀ ਇਹ ਦੇਖਣ ਆਉਂਦੇ ਟਾਈਮ ਕੱਢ ਕੇ ਹੁਣ ਤੁਸੀਂ ਦੇਖਿਆ ਹੀ ਆ ਅਤੇ ਬਸ ਇੰਨਾ ਕਰਕੇ ਆ ਸਾਰਾ ਕੁਛ ਭਾਅ ਜੀ ਇੱਦਾਂ ਹੀ ਆਪਾਂ ਨੂੰ ਪਿਆਰ ਦਿੰਦੇ ਰਹਿਣ ਤਾਂ ਆਪਾਂ ਇੱਦਾਂ ਖੇਡਦੇ ਰਹੀਏ ਭਾਅ ਜੀ ਲਾਸਟ 'ਤੇ ਇੱਕ ਮੈਂ ਕੁਐਸਚਨ ਮੈਂ ਭੁੱਲ ਗਿਆ ਉਹ ਜ਼ਰੂਰ ਪੁੱਛਣਾ ਪਾਕਿਸਤਾਨ ਦਾ ਜਿਹੜਾ ਮੈਚ ਇੰਡੀਆ ਦਾ ਹੋਇਆ ਸੀ ਉਹ ਦੇਖਿਆ ਸੀ ਤੁਸੀਂ ਹਾਂਜੀ ਭਾਅ ਜੀ ਦੇਖਿਆ ਮੈਂ ਥੋੜ੍ਹਾ ਜਿਹਾ ਕਿਹੋ ਜਿਹਾ ਲੱਗਾ ਤੁਹਾਨੂੰ ਪਾਕਿਸਤਾਨ ਇੰਡੀਆ ਦਾ ਮੈਚ ਜਿਹੜਾ ਅੱਧੀ ਟੀਮ ਗਈ ਸੀ ਇੰਡੀਆ ਦੀ ਪਰ ਫਿਰ ਵੀ ਟਫ ਮੁਕਾਬਲਾ ਹੋਇਆ ਹਾਂਜੀ ਮੈਚ ਤਾਂ ਭਾਅ ਜੀ ਵਧੀਆ ਸੀ ਪੂਰਾ ਅਤੇ ਬਾਕੀ ਉਹੀ ਪੁਆਇੰਟ ਦਾ ਹੀ ਥੋੜ੍ਹਾ ਬਹੁਤਾ ਹੋਇਆ ਭਾਅ ਜੀ ਰੀਪਲੇ ਵਗੈਰਾ ਜਿੱਦਾਂ ਬਾਕੀ ਸਾਰਾ ਕੁਝ ਸਹੀ ਸੀ ਭਾਅ ਜੀ ਵਧੀਆ ਜੀ ਤੁਹਾਡਾ ਦਿਲ ਕਰਦਾ ਪਾਕਿਸਤਾਨ ਜਾ ਕੇ ਖੇਡਣ ਨੂੰ ਹਾਂਜੀ ਭਾਅ ਜੀ ਮੈਂ ਸੀਗਾ ਕਿ ਉਦੋਂ ਗੱਲ ਵੀ ਹੋਈ ਸੀ ਵੀ ਖੇਡਣਾ ਆ ਅਤੇ ਉਹ ਤਾਂ ਇੰਜਰੀ ਦਾ ਕਰਕੇ ਭਾਅ ਜੀ ਫਿਰ ਥੋੜ੍ਹਾ ਜਿਹਾ ਚੱਕਰ ਪੈ ਗਿਆ
ਪਿਛਲੇ ਸਾਲ ਮੈਂ ਟੀਮ ਲੈ ਕੇ ਜਾਣੀ ਸੀ ਕੈਂਸਲ ਕਰਤੀ ਉਦੋਂ ਵੀ ਤੁਹਾਡਾ ਲਿਸਟ 'ਚ ਨਾਂ ਸੀ ਹਾਂਜੀ ਹਾਂਜੀ ਭਾਅ ਜੀ ਉਦੋਂ ਮੇਰੇ ਕੋਈ ਇੰਜਰੀ ਸੀ ਮਾੜੀ ਮੋਟੀ ਭਾਅ ਜੀ ਹਾਂਜੀ ਉਹਦਾ ਕਰਕੇ ਹੋਇਆ ਪਰ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਬਾਬੇ ਨਾਨਕ ਜੀ ਦੀ ਧਰਤੀ ਆ ਪਾਕਿਸਤਾਨ ਨੈਕਸਟ ਟਾਈਮ ਜੇ ਟੀਮ ਲੈ ਕੇ ਜੇ ਗਏ ਤਾਂ ਜਾਊਂਗੇ ਹਾਂਜੀ ਭਾਅ ਜੀ ਜਾਊਂਗਾ ਪੱਕਾ ਭਾਅ ਜੀ ਥੈਂਕ ਯੂ ਸੋ ਮੱਚ ਸਾਡੇ ਲਈ ਗੱਲ ਕਰਨ ਲਈ ਥੈਂਕ ਯੂ ਸੋ ਮੱਚ ਧੰਨਵਾਦ ਜੀ